ਵਿਜੇ ਦੇਖੋ ਬਿਲਕੁਲ ਵਾਈਪੀਐਸ ਚੌਂਕ ਜਿਹੜਾ ਮੁਹਾਲੀ ਦਾ ਉੱਤੇ ਵਾਪਸ ਇਸ ਵੇਲੇ ਜਿਹੜਾ ਰੋਸ ਮਾਰ ਸੀ ਉਹ ਪਹੁੰਚ ਚੁੱਕਿਆ ਸੀ ਇਸੇ ਵਾਈਪੀਐਸ ਚੌਂਕ ਦੇ ਵਿੱਚ ਹੀ ਮੌਜੂਦ ਹੈ ਪਿੱਛੇ ਤਸਵੀਰ ਇਹ ਉਹੀ ਵਾਈਪੀਐਸ ਚੌਂਕ ਤੋਂ ਜਿਹੜਾ ਚੰਡੀਗੜ੍ਹ ਨੂੰ ਜਾਂਦਾ ਰਸਤਾ ਹੈ ਉਹੀ ਪੱਕਾ ਮੋਰਚਾ ਜਿਹੜਾ ਲੰਬੇ ਸਮੇਂ ਤੋਂ ਇੱਥੇ ਲੱਗਿਆ ਹੋਇਆ ਉਸ ਦੀਆਂ ਤਸਵੀਰਾਂ ਨੇ ਇਥੋਂ ਹੀ ਸਟਾਰਟ ਹੋਇਆ ਸੀ ਇਥੋਂ ਪਿਛਲੇ ਪਾਸੇ ਦੀ ਯਾਨੀ ਸਿੱਧਾ ਸੈਕਟਰ 43 ਵਾਲੀ ਮੇਨ ਰੋਡ ਆ ਜਿਹੜੀ ਬੱਸ ਅਡੇ ਵਾਲੀ ਇਸ ਨੂੰ ਸਭ ਸਮਝਦੇ ਨੇ ਤਾਂ ਉਸ ਰੋਡ ਤੋਂ ਹੀ ਪੈਦਲ ਮਾਰਚਾ ਜਿਹੜਾ ਹੁੰਦਾ ਹੋਇਆ ਚੰਡੀਗੜ੍ਹ ਦੀ ਇਹ 43 ਵਾਲੀ ਮੇਨ ਰੋਡ ਤੇ ਘੁੰਮ ਕੇ ਵਾਪਸ ਬੜੈ ਜੀਲ ਦੇ ਅੱਗੋਂ ਹੁੰਦਾ ਹੋਇਆ ਵਾਪਸ ਆਇਆ ਵਾਈਪੀ ਚੌਂਕ ਦੇ ਵਿੱਚ ਔਰ ਇਹ ਕੁਝ ਕਿਲੋਮੀਟਰ ਦਾ ਕਹਿ ਸਕਦੇ ਆ ਕਿ ਇਹ ਪ੍ਰਦਰਸ਼ਨ ਜਿਹੜਾ ਰੋਸ ਮਾਰਚਾ ਕੀਤਾ ਗਿਆ ਜਦੇ ਵਿੱਚ ਚਾਹੇ ਉਹ ਧਰਮ ਨਾਲ ਜੁੜੀਆਂ ਜਥੇਬੰਦੀਆਂ ਹੋਣ ਚਾਹੇ ਉਹ ਚ ਨਿੰਗ ਸਿੰਘ ਜਥੇ ਬੰਦੀਆਂ ਹੁਣ ਚਾਹੇ ਕਿਸਾਨ ਜਿੱਥੇ ਬੰਦੀਆਂ ਹੁਣ ਔਰ ਇਹ ਤਸਵੀਰ ਤੁਹਾਨੂੰ ਚੌਂਕ ਦੀ ਇੱਕ ਵਾਰ ਦਿਖਾ ਦਿੰਨੇ ਆ ਜਿੱਥੋਂ ਲੰਘ ਕੇ ਆਏ ਨੇ ਜਿਹੜਾ ਰੋਸ ਮਾਰਚ ਕਰਦੇ ਹੋਏ ਵਕਫ ਵਕ ਜਥੇਬੰਦੀਆਂ ਦੇ ਨੁਮਾਇੰਦੇ ਦਾਤਾਂ ਦੇ ਵਿੱਚ ਕਾਲੇ ਝੰਡੇ ਜਿਹੜੇ ਨਜ਼ਰ ਆਏ ਔਰ ਦੇਖੋ ਲੰਮੇ ਟਾਈਮ ਤੋਂ ਕਿਉਂਕਿ ਇਹ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਪਰ ਅੱਜ ਦੇ ਰੋਸ ਮਾਰਚ ਦੇ ਚਲਦਿਆਂ ਭਾਰੀ ਪੁਲਿਸ ਫੋਰਸ ਜਿਹੜੀ ਉਸ ਨੂੰ ਇੱਥੇ ਤੈਨਾਤ ਕੀਤਾ ਗਿਆ ਸੀ ਤਾਂ ਕਿ ਕਿਸੇ ਕਿਸਮ ਦੀ ਕੋਈ ਸਮੱਸਿਆਵਾਂ ਆਵੇ ਪਰ ਇਹਨਾਂ ਜ਼ਰੂਰ ਹੈ ਕਿ ਜਦੋਂ ਇਹ ਰੋਸਮਾਰਚ ਹਾਲਾਂਕਿ ਇੱਕ ਲਿਮਟਿਡ ਏਰੀਆ ਦੇ ਵਿੱਚੋਂ ਲੰਘਣਾ ਸੀ ਪਰ ਇੰਨੇ ਕ ਜਿਆਦਾ ਰਸਤੇ ਵਿਜੇ ਬਲੌਕ ਹੋਏ ਆਸ-ਪਾਸੇ ਪੁਲਿਸ ਨੇ ਜਿਹੜੇ ਵੱਡੇ ਟਿਪਰ ਖੜੇ ਕਰਕੇ ਰਸਤੇ ਬਲੌਕ ਕੀਤੇ ਹੋਏ ਸੀ ਕਿ ਕਿਤੇ ਕੋਈ ਅਨਸਰਗਾਂ ਵੀ ਘੱਟਣਾ ਨਾ ਵਾਪਰ ਜਾਵੇ ਤਾਂ ਆਮ ਪਬਲਿਕ ਨੂੰ ਇੱਥੇ ਵੀ ਬੜੀ ਪਰੇਸ਼ਾਨੀ ਦਾ ਜਿਹੜਾ ਹੈਗਾ ਸਾਹਮਣਾ ਕਰਨਾ ਪਿਆ ਆਸ-ਪਾਸ ਦੇ ਇਲਾਕੇ ਦੇ ਵਿੱਚ ਇੰਨੇ ਰਸਤੇ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਉਂਕਿ ਬੰਦ ਕੀਤੇ ਹੋਏ ਸੀ ਤਾਂ ਇਹ ਤੁਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਆ ਵਾਈਪੀਐਸ ਚੌਕ ਦੀ ਔਰ ਮੁੱਖ ਤੌਰ ਤੇ ਉਹੀ ਜਿਹੜੀਆਂ ਮੰਗਾਂ ਨੇ ਕਿ ਕੌਮੀ ਸਾਬ ਮੋਰਚਾ ਨੇ ਜਿਹੜਾ ਪੱਕਾ ਮੋਰਚਾ ਲਾਇਆ ਸੀ ਦਾਵਾ ਕੀਤਾ ਜਾ ਰਿਹਾ ਹੈ ਕਿ ਜਿਹੜੇ ਸ ਕੈਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਪੱਕੀ ਰਿਹਾਈ ਜਿਸ ਤਰ੍ਹਾਂ ਕੱਲ ਗੁਰਮੀਤ ਸਿੰਘ ਦੀ ਰਿਹਾਈ ਹੋਈ ਹੈ ਬੜੈਲ ਜੇਲ੍ਹ ਦੇ ਵਿੱਚੋਂ ਤਾਂ ਗੁਰਮੀਤ ਸਿੰਘ ਨੂੰ ਹੁਣ ਰੈਗੂਲਰ ਜ਼ਮਾਨਤ ਮਿਲੀ ਹੈ ਤਾਂ ਬਾਕੀ ਜਿਹੜੇ ਉਸ ਤੋਂ ਪਹਿਲਾਂ ਕੈਦੀ ਨੇ ਜਿਹੜੇ 2020 22 25 25 30 30 ਸਾਲ ਤੋਂ ਜੇਲਾ ਚ ਨੇ ਦਾਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੂੰ ਕੁਝ ਨੂੰ ਤਾਂ ਕਦੇ ਪੈਰੋਲ ਨਹੀਂ ਮਿਲੀ ਕੁਝ ਨੂੰ ਪੈਰੋਲ ਜਿਹੜੀ ਆ ਮਿਲੀ ਪਰ ਉਸ ਤੋਂ ਬਾਅਦ ਫਿਰ ਜੇਲ੍ਹ ਜਾਣਾ ਪਿਆ ਰੈਗੂਲਰ ਜ਼ਮਾਨਤ ਨਹੀਂ ਸੀ ਮਿਲੀ ਪਰ ਹੁਣ ਗੁਰਮੀਤ ਸਿੰਘ ਨੂੰ ਰੈਗੂਲਰ ਜ਼ਮਾਨਤ ਮਿਲੀ ਹੈ ਕੀ 7:00 ਵਜੇ ਉਹ ਜੇਲ੍ਹ ਤੋਂ ਰਿਹਾ ਹੋਏ ਸਾਬਕਾ ਮੁੱਖ ਮੰਤਰੀ ਬੈਂਸਿੰਗ ਕਤਲਕਾਰ ਦੇ ਵਿੱਚ ਉਹਨਾਂ ਨੂੰ ਸਜ਼ਾ ਹੋਈ ਆ ਤਾਂ ਇਹ ਤਸਵੀਰ ਹੈ ਜੀ ਉਹ ਹੁਣ ਕਹਿੰਦੇ ਨੇ ਕਿ ਉਸ ਤੋਂ ਬਾਅਦ ਬਾਕੀਆਂ ਦੇ ਲਈ ਵੀ ਜਿਹੜਾ ਹੈਗਾ ਰਾਹ ਪੱਧਰਾ ਹੁੰਦਾ ਕਿ ਇੱਕ ਕੇਸ ਤੋਂ ਬਾਅਦ ਦੂਜਾ ਨੂੰ ਵੀ ਜਿਹੜਾ ਹੈਗਾ ਜ਼ਮਾਨਤ ਹੈ ਜਿਹੜੀ ਉਹ ਰੈਗੂਲਰ ਅ ਦਿੱਤੀ ਜਾਵੇ ਤਾਂ ਇਹ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਹੈਗਾ ਇਹ ਪ੍ਰਦਰਸ਼ਨ ਜਿਹੜਾ ਹੈਗਾ ਕੀਤਾ ਜਾ ਰਿਹਾ ਹਾਲਾਂਕਿ ਇਹਦੇ ਵਿੱਚ ਹੋਰ ਮੰਗਾਂ ਨੂੰ ਐਡ ਕੀਤਾ ਗਿਆ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਨੇ ਉਹਨਾਂ ਨੂੰ ਲੈ ਕੇ ਉਹ ਮੰਗ ਵੀ ਜਿਹੜੀ ਵਿੱਚ ਐਡ ਕੀਤੀ ਗਈ ਉਸ ਦੇ ਵਿੱਚ ਸੱਚ ਸਾਹਮਣੇ ਆਵੇ ਇਨਸਾਫ ਹੋਵੇ ਬੇਅਦਬੀ ਦੇ ਮਸਲੇ ਨੇ ਜਿਹੜਾ ਬਹਿਬਲ ਗੋਲੀकांड ਦਾ ਮਸਲਾ ਹੈ ਕੋਟਕਪੂਰਾ ਦਾ ਮਸਲਾ ਉਹ ਸਾਰੇ ਮਸਲੇ ਵੀ ਐਡ ਕੀਤੇ ਗਏ ਨੇ ਪਰ ਅੱਜ ਰੋਸ ਮਾਰਚ ਕੀਤਾ ਗਿਆ ਔਰ ਸਭ ਤੋਂ ਵੱਧ ਜਿਹੜੇ ਆਗੂ ਸ਼ਾਮਲੇ ਉਹਨਾਂ ਨੇ ਕਿਹਾ ਕਿ ਸਾਡਾ ਮਕਸਦ ਸਰਕਾਰ ਤੱਕ ਸੁਨੇਹਾ ਪਹੁੰਚਾਉਣਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਕੈਦੀ ਸਿੱਖ ਕੈਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਰਾਮ ਰਹੀਮ ਦਾ ਜਿਹੜਾ ਹੈਗਾ ਕੇਸ ਹਾਊਸ ਦਾ ਜ਼ਿਕਰ ਕੀਤਾ ਗਿਆ ਕਿ ਰਾਮ ਰਹੀਮ ਨੂੰ ਮਹਿਜ਼ ਕੁਝ ਦਿਨਾਂ ਬਾਅਦ ਹੀ ਪੈਰੋਲ ਮਿਲ ਜਾਂਦੀ ਹੈ ਹਾਲਾਂਕਿ ਹਾਈ ਕੋਰਟ ਦੇ ਵਿੱਚ ਵੀ ਉਹ ਮਸਲਾ ਗਿਆ ਸੀ ਤਾਂ ਇਹਨਾਂ ਮੰਗਾਂ ਨੂੰ ਲੈ ਕੇ ਇਹਨਾਂ ਚੀਜ਼ਾਂ ਨੂੰ ਲੈ ਕੇ ਸਰਕਾਰ ਤੱਕ ਸੁਨੇਹਾ ਪਹੁੰਚਾਉਣ ਦੇ ਲਈ ਇਹ ਰੋਸ ਮਾਰਚ ਕੀਤਾ ਗਿਆ ਅੱਜ ਧਾਰਮਿਕ ਤੇ ਵਕਵਾਖ ਜਥੇਬੰਦੀਆਂ ਤੇ ਹੋਰ ਜਿਹੜੇ ਵਕਵਾਖ ਜਥੇਬੰਦੀਆਂ ਨਾਲ ਜੁੜੇ ਹੋਏ ਨਮਾਇंदे ਸੀ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਰੋਸ ਮਾਰਚ ਦਾ ਹਿੱਸਾ ਬਣੇ ਜੀ